ਘੱਟ ਸਮੇਂ ਦੀ ਤਕਲੀਫ ਹੋਈ ਹੈ, ਕੋਸ਼ਿਸ਼ ਕਰਾਂਗਾ ਘੱਟ ਸਮੇਂ 'ਚ ਸਮੇਟ ਸਕਾਂ। ਪਰ ਇੱਕ ਗੁਜ਼ਾਰਿਸ਼ ਮੇਰੀ ਵੀ ਹੈ ਕਿ ਜੇ ਮੈਨੂੰ ਜਜਮੈਂਟ 'ਤੇ ਬੁਲਾਇਆ ਗਿਆ ਤਾਂ ਥੋੜ੍ਹਾ ਜਿਹਾ ਮੈਨੂੰ ਖੁਲਾਸਾ ਵੀ ਕਰ ਲੈਂਦੇ ਹੋ ਕਿ ਟੀਮਾਂ ਦੇ ਵਿੱਚ ਕੀ ਕਮੀਆਂ ਕੀ ਖੂਬੀਆਂ ਸੀ, ਜੇ ਵਕਤ ਦਿਓਗੇ ਤਾਂ ਬੜੀ ਮਿਹਰਬਾਨੀ। ਪਿਛਲੇ 20 ਸਾਲਾਂ ਤੋਂ ਮੈਂ ਇਸ ਸੰਸਥਾ ਵਿਖੇ ਜਜਮੈਂਟ ਦੀ ਸੇਵਾ ਨਿਭਾ ਰਿਹਾ। ਹੁਣ ਇੱਕ ਫਰਕ ਮੈਂ ਜ਼ਰੂਰ ਮਹਿਸੂਸ ਕੀਤਾ ਕਿ ਪਤਾ ਨਹੀਂ ਕਿਉਂ ਟੀਮਾਂ ਦੀ ਗਿਣਤੀ ਦੇ ਬਦਲੇ ਹਰ ਸਾਲ ਘਟਦੀ ਜਾ ਰਹੀ ਹੈ। ਸ਼ਾਇਦ ਇਹ ਸਾਡੀ ਇਹ ਕਮੀ ਹੈ ਕਿ ਅਸੀਂ ਸੰਗੀਤ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਿੱਚ ਕਾਬਿਲ ਨਹੀਂ ਹੋ ਪਾ ਰਹੇ। ਤਾਂ ਮੈਡਮ ਅਮਰਜੀਤ ਨੂਲਾ ਜੀ ਔਰ ਮੈਡਮ ਹੇਮਲਤਾ ਜੀ, ਤੁਹਾਨੂੰ ਖਾਸ ਤੌਰ 'ਤੇ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡੇ ਦੋਨੋਂ ਸਕੂਲਸ ਦੇ ਵਿੱਚ, ਸੀਨੀਅਰ ਸੈਕੰਡਰੀ ਦੇ ਵਿੱਚ ਸੰਗੀਤ ਵਿਸ਼ਾ ਪੜ੍ਹਾਇਆ ਜਾ ਰਿਹਾ ਕਈ ਸਾਲਾਂ ਤੋਂ, ਔਰ ਬੜਾ ਅੱਛਾ ਸਫਲਤਾ ਨਾਲ ਇਹ ਸਬਜੈਕਟ ਚੱਲ ਰਿਹਾ। ਤਾਂ ਮੈਂ ਇੰਨੀ ਗੁਜ਼ਾਰਿਸ਼ ਕਰਾਂਗਾ, ਮੈਂ ਸਮਝਦਾ ਕਿ ਟਾਈਮ ਜ਼ਿਆਦਾ ਹੋ ਰਿਹਾ, ਪਰ ਮੈਂ 2 ਮਿੰਟ ਲੈਣਾ ਚਾਹਾਂਗਾ ਪਲੀਜ਼, ਕਿ ਜੇ ਆਪਣੇ ਸ਼ਹਿਰ ਵਿੱਚ ਸੰਗੀਤ ਦੇ ਮਾਹੌਲ ਨੂੰ ਆਪਾਂ ਉੱਚਾ ਚੁੱਕਣਾ, ਪੱਧਰ ਵਧਾਉਣਾ, ਬੱਚਿਆਂ ਨੂੰ ਅੱਗੇ ਲੈ ਕੇ ਆਉਣਾ, ਤਾਂ ਮੇਰੀਆਂ 2 ਗੱਲਾਂ ਬੋਲਣੀਆਂ ਵਾਜਬ ਵੀ ਹੈ। ਪਰ 2 ਮਿੰਟ ਜ਼ਿਆਦਾ ਲੈ ਰਹੇ ਦੇ ਵਾਸਤੇ ਮੈਂ ਮਾਫ਼ੀ ਚਾਹਾਂਗਾ ਕਿ ਮੈਡਮ ਅਰੋਲਾ ਜੀ ਔਰ ਮੈਡਮ ਹਿਮਲਤਾ ਜੀ ਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਮੈਡਮ ਕਿਤੇ ਵੀ ਮੇਰੀ ਜ਼ਰੂਰਤ ਹੋਵੇ। ਦੇਖੋ ਅੱਜ 6 ਟੀਮਾਂ ਆਈਆਂ, ਮਲੋੜ ਦੀ ਇੱਕ ਵੀ ਲੋਕਲ ਟੀਮ ਇਸ ਕੰਪੀਟੀਸ਼ਨ ਵਿੱਚ ਨਹੀਂ ਸੀ, ਸਾਰੀਆਂ ਟੀਮਾਂ ਮਲੋੜ ਤੋਂ ਬਾਹਰ ਸੀ, ਕੋਈ ਹੋਰ ਹੈ, ਕੋਈ ਕੋਲਿਆਂ ਵਾਲੀ, ਕੱਟਿਆਂ ਵਾਲੀ, ਲੰਬੀ, ਬਾਦਲ, ਹੱਡੜ ਜਗ੍ਹਾ ਤੋਂ ਟੀਮਾਂ ਆਈਆਂ। ਮਲੋੜ ਤੋਂ ਕਿਉਂ ਪਾਰਟੀਸਪੇਸ਼ਨ ਨਹੀਂ ਹੋ ਰਹੀ, ਕਮੀ ਕਿੱਥੇ ਹੈ? ਰਲ ਮਿਲ ਕੇ ਮੈਡਮ ਆਪਾਂ ਹਮਲਾ ਮਾਰੀਏ, ਇੱਕ ਛੋਟੀ ਜਿਹੀ ਮੀਟਿੰਗ ਰੱਖੋ ਪਲੀਜ਼ ਮੇਰੇ ਕਹਿਣ 'ਤੇ। ਮੈਂ ਤਿਆਰੀ ਕਰਾ ਰਿਹਾ ਕਰਾਂਗਾ, ਬਾਕੀ ਸਕੂਲਸ ਦੀ ਮੈਂ ਕੋਈ ਪੈਸੇ ਨਹੀਂ ਲਾਵਾਂਗਾ, ਮਿਊਜ਼ਿਕਲੀ ਜਿੰਨਾ ਐਫਰਟ, ਜਿੰਨਾ ਮੈਂ ਤੁਹਾਨੂੰ ਸਹਿਯੋਗ ਦੇ ਸਕਦਾ, ਮੈਂ ਆਪਣੇ ਵੱਲੋਂ ਕੋਪਰੇਟ ਕਰਾਂਗਾ। ਮਿਊਜ਼ੀਸ਼ੀਅਨਸ ਤੁਸੀਂ ਅਰੇਂਜ ਕਰੋ, ਉਹਨਾਂ ਨੂੰ ਪੇਮੈਂਟ ਤੁਸੀਂ ਮੌਕੇ ਦੇ ਮੌਕੇ ਦੇ ਦਿਓ, ਜਦੋਂ ਸਟੇਜ 'ਤੇ ਆ ਕੇ ਉਹ ਪਰਫੋਰਮ ਕਰਨਗੇ ਟੀਮਸ ਦੇ ਨਾਲ, ਤਿਆਰੀ ਮੈਂ ਕਰਾ ਦਿਆਂਗਾ ਫਰੀ ਆਫ ਕੋਸਟ, ਇਹ ਮੇਰਾ ਵਾਅਦਾ। ਮੈਂ ਚਾਹੁੰਦਾ ਕਿ ਸਾਡਾ ਸ਼ਹਿਰ ਮਿਊਜ਼ਿਕ ਦੇ ਵਿੱਚ ਅੱਗੇ ਵਧੇ, ਜਿੱਥੇ ਅਕੈਡਮੀਜ਼ ਹੈ, ਮਿਊਜ਼ਿਕ ਟੀਚਰ ਹੈਗੇ ਨੇ, ਤਾਂ ਟੀਮਾਂ ਅੱਗੇ ਕਿਉਂ ਨਹੀਂ ਆ ਰਹੀਆਂ? ਤਾਂ ਸਕੂਲ ਮੈਨੇਜਮੈਂਟਸ ਨੂੰ ਵੀ ਸਮਝਣਾ ਚਾਹੀਦਾ ਜੋ ਅਦਰ ਸਕੂਲਸ ਨੇ ਬੋਰਡ ਦੇ ਵਿੱਚ। ਤਾਂ 1-2 ਗੱਲਾਂ ਮੁਕਾਬਲੇ ਦੇ ਨਾਲ ਤਾਲੁਕ, ਕਿ ਕਈ ਵਾਰੀ ਅਸੀਂ ਜਜਮੈਂਟ ਕਰਕੇ ਚਲੇ ਜਾਂਦੇ ਹਾਂ, ਪਿੱਛੋਂ ਮੈਨੂੰ ਕਾਲਸ ਆਉਂਦੀਆਂ, ਮੇਰੇ ਘਰ ਆ ਜਾਂਦੇ ਨੇ ਲੋਕ ਜਜਮੈਂਟ ਬਾਰੇ ਪੁੱਛਣ ਵਾਸਤੇ, ਯਾਰ ਇੱਦਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਮੈਂ ਇੱਥੇ ਅਵੇਲੇਬਲ ਹਾਂ, ਤੁਸੀਂ ਮੇਰੇ ਨਾਲ ਇੱਥੇ ਗੱਲ ਕਰ ਸਕਦੇ ਹੋ। ਬਾਕੀ ਤੁਹਾਨੂੰ ਮੈਂ ਇਹ ਮੌਕਾ ਵੀ ਨਹੀਂ ਦੇਵਾਂਗਾ, ਮੈਂ ਸਾਰਾ ਕੁਛ ਅੱਜ ਸਟੇਜ 'ਤੇ ਬੋਲ ਕੇ ਜਾਵਾਂਗਾ। ਸਭ ਤੋਂ ਪਹਿਲੇ ਟੀਮ ਨੰਬਰ 101, ਇਹਨਾਂ ਦਾ ਸ਼ਬਦ ਸੀ ਰਾਗ ਤਿਲੰਗ ਦੇ ਵਿੱਚ ਮੀਰਾ। ਬੱਚਿਆਂ ਤੋਂ ਕਾਫੀ ਗਲਤੀਆਂ ਹੋਈਆਂ, ਤਾਲ 'ਚੋਂ ਬਾਹਰ ਹੋਏ ਨੇ ਬੱਚੇ, ਸੁਰ 'ਚੋਂ ਵੀ ਬਾਹਰ ਹੋਏ ਨੇ, ਕਈ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ ਬੱਚਿਆਂ 'ਚ, ਲੈਕ ਆਫ ਕੋਆਰਡੀਨੇਸ਼ਨ ਦੇਖੀ ਗਈ, ਆਪਸ 'ਚ ਆਵਾਜ਼ ਨਹੀਂ ਮਿਲ ਰਹੀ ਸੀ, ਤਾਂ ਜਿਹੜੇ ਟੀਚਰਸ ਨਾਲ ਆਏ ਸੀ ਧਿਆਨ ਦੇ, ਟੀਮ ਨੰਬਰ 102 ਆਪੇ ਮਦਦ ਕਰੇ। ਇਹਦੇ 'ਚ ਸਿਰਫ ਵੋਇਸ ਦੀ ਹੀ ਆਵਾਜ਼ ਆ ਰਹੀ ਸੀ, ਸਾਊਂਡ ਉਹਨਾਂ ਨੇ ਸੈੱਟ ਕੀਤੀ ਹੀ ਨਹੀਂ, ਜਿਹੜੇ ਟੀਚਰਸ ਨਾਲ ਆਉਂਦੇ ਨੇ ਸਾਰ ਜੋ ਦੇਖਿਆ ਕਰਨ, ਇਹਨੇ ਤਿਆਰੀ ਕੀਤੀ ਹੈ, ਮਿਹਨਤ ਕੀਤੀ ਹੈ, ਮਿਊਜ਼ੀਸ਼ੀਅਨ ਬੱਚੇ ਤਿਆਰ ਹੋਏ ਨੇ, ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਸਟੇਜ 'ਤੇ ਆਓ। ਬੱਚੇ ਅਣਜਾਣ ਨੇ, ਕਈ ਵਾਰੀ ਫਸਟ ਟਾਈਮ ਪਾਰਟੀਸਪੇਟ ਕਰ ਰਹੇ ਹੁੰਦੇ ਨੇ, ਤੁਸੀਂ ਆ ਕੇ ਸਾਊਂਡ ਸੈੱਟ ਕਰਾਇਆ ਕਰੋ ਪ੍ਰੋਪਰ, ਇੱਕ ਇੱਕ ਬੱਚੇ ਦੇ ਫੇਸ ਦੇ ਅੱਗੇ, ਉਹਨਾਂ ਦੇ ਮੂੰਹ ਦੇ ਨੇੜੇ ਆ ਕੇ ਤੁਸੀਂ ਮਾਈਕ ਲਗਾਇਆ ਕਰੋ। ਅਸੀਂ ਜਜਮੈਂਟ ਕਿਉਂ ਕਰ ਰਹੇ ਹਾਂ ਇੱਥੇ? ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਬੱਚੇ ਗਾ ਕੀ ਰਹੇ ਆ, ਤਾਂ ਇਹਨਾਂ ਦਾ ਨੁਕਸਾਨ ਟੀਮ ਨੂੰ ਹੁੰਦਾ। 103 ਰਾਗ ਜੈ ਜਵੰਤੀ, ਬੜਾ ਹੀ ਮੁਸ਼ਕਿਲ ਰਾਗ ਹੈ, ਵਧਾਈ ਦੇਣਾ ਚਾਹਾਂਗਾ ਟੀਚਰਸ ਨੂੰ ਜਿਹਨਾਂ ਨੇ ਇਹਦੀ ਤਿਆਰੀ ਕਰਾਈ, ਕੰਪੋਜੀਸ਼ਨ ਬੜੀ ਅੱਛੀ ਸੀ ਬੱਚਿਆਂ ਨੇ, ਇੰਨਾ ਮੁਸ਼ਕਿਲ ਰਾਗ, ਜਿਹੜੇ ਅੱਛੇ ਅੱਛੇ ਗਵਈਏ ਨੇ ਨੈਸ਼ਨਲ ਲੈਵਲ ਦੇ, ਇਹ ਗ੍ਰੇਟ ਆਰਟਿਸਟ, ਰਾਗ ਜੈ ਜਵੰਤੀ ਨੂੰ ਗਾਉਣ ਲੱਗਿਆ 10 ਵਾਰ ਸੋਚਦੇ ਨੇ ਕਿ ਅਸੀਂ ਸਟੇਜ 'ਤੇ ਗਾ ਸਕਦੇ ਹਾਂ ਕਿ ਨਹੀਂ, ਅਤੇ ਬੱਚਿਆਂ ਨੇ ਨਿਭਾਇਆ। ਇਹਨਾਂ ਵਾਸਤੇ ਤਾੜੀ। ਨੰਬਰ 104 ਗੁਰੂ ਰਾਮਦਾਸ, ਇਹਨਾਂ ਬੱਚਿਆਂ ਨੇ ਸ਼ੁਰੂ ਤੋਂ ਇੱਕ ਸਰਗਮ ਲਗਾ ਦਿੱਤੀ, ਸਰਗਮ ਦੀ ਜ਼ਰੂਰਤ ਨਹੀਂ ਸੀ, ਸਰਗਮ ਨਾ ਲਗਾਉਂਦੇ ਤਾਂ ਸ਼ਾਇਦ ਨੰਬਰ ਜ਼ਿਆਦਾ ਵੀ ਆ ਸਕਦੇ ਸੀ, ਕੰਪੀਟੀਸ਼ਨ ਬਹੁਤ ਅੱਛਾ ਹੋ ਸਕਦਾ ਸੀ ਇਹਨਾਂ ਦਾ। ਤਾਂ ਥੋੜ੍ਹਾ ਥੋੜ੍ਹਾ ਨੋਟ ਕਰਿਆ ਕਰੋ ਇਹਨਾਂ ਚੀਜ਼ਾਂ ਦੇ। 105 ਨੰਬਰ ਰਾਗ ਸੋਰਠ ਦੇ ਵਿੱਚ ਪ੍ਰੀਤਮ ਜਾਨ ਲਿਓ ਸ਼ਬਦ ਪੇਸ਼ ਕੀਤਾ, ਪੜਤਾਲ ਸੀ, ਔਰ ਅਲੱਗ ਅਲੱਗ ਤਾਲਾਂ ਦੇ ਵਿੱਚ ਇਹਨਾਂ ਨੇ ਪਾਇਆ, ਬੱਚਿਆਂ ਨੇ ਅੱਛਾ ਜਵਾਇਆ, ਕੋਆਰਡੀਨੇਸ਼ਨ ਇਹਨਾਂ ਦਾ ਅੱਛਾ ਸੀ। ਮੈਂ ਡਾਕਟਰ ਸਾਹਿਬ ਤੋਂ ਬੇਨਤੀ ਕਰਾਂਗਾ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ, ਗੁਰੂ ਦੀ ਹਜ਼ੂਰੀ ਦੇ ਵਿੱਚ ਤਾੜੀ ਨਹੀਂ ਮਾਰ ਜੀ, ਇਸ ਕਰਕੇ ਆਪਾਂ ਜਕਾਰੇ ਦੀ ਗੂੰਜ ਦੇ ਨਾਲ ਆਪਾਂ ਉਹਨਾਂ ਨੂੰ ਵਧਾਈ ਦੇਣੀਏ, ਕਿਉਂਕਿ ਗੁਰੂ ਸਾਹਿਬ ਦਾ ਆਪਾਂ ਸਤਿਕਾਰ ਜਿਹੜਾ ਉਹ ਬਰਕਰਾਰ ਰੱਖਣਾ। ਬੱਚਿਆਂ ਦਾ ਹੌਸਲਾ ਦੇਣ ਲਈ ਸਰ ਇਹ ਕੀਤਾ ਜਾ ਸਕਦਾ ਮੇਰਾ ਖਿਆਲ, ਬੱਚਿਆਂ ਨੂੰ ਆਪਾਂ ਇੱਥੇ ਬੁਲਾਇਆ ਤਾਂ ਚਲੋ ਬੱਚੇ ਦੀ ਹੌਸਲਾ ਅਫਜਾਈ ਤਾਂ ਹੋ ਜਾਵੇ। 106 ਨੰਬਰ, ਇਹ ਟੀਮ ਵੀ ਠੀਕ ਸੀ, ਥੋੜ੍ਹਾ ਕੋਸ਼ਿਸ਼ ਕਰੋ ਕਿ ਪੜਤਾਲ ਗਾਇਕੀ ਪੇਸ਼ ਕਰੋ, ਜ਼ਿਆਦਾ ਤਾਲਾਂ ਦੇ ਵਿੱਚ ਗਾਓ, ਸਿੱਧਾ ਸਿੱਧਾ ਸ਼ਬਦ ਸੀ, ਤਾਂ ਅਸੀਂ ਉਸਦੇ ਹਿਸਾਬ ਨਾਲ ਨੰਬਰ ਦਿੱਤੇ ਨੇ। ਹੁਣ ਫਾਈਨਲ ਜਜਮੈਂਟ, ਫਸਟ ਸੈਕਿੰਡ ਥਰਡ ਦੇ ਨਾਲ ਅਸੀਂ ਹੌਸਲਾ ਵਧਾਓ ਪੁਰਸਕਾਰ ਕੌਂਸਲੇਸ਼ਨ ਅੱਜ ਦੇਣ ਜਾ ਰਹੇ ਹਾਂ, ਤਾਂ ਕੌਂਸਲੇਸ਼ਨ ਜਾ ਰਿਹਾ ਟੀਮ ਨੰਬਰ 101, ਤਾੜੀ ਨਾ ਮਾਰਿਓ ਪਲੀਜ਼, ਕੌਂਸਲੇਸ਼ਨ ਟੀਮ ਨੰਬਰ 101।
थर्ड प्राइज तीजा स्थान जो है टीम नंबर 104, टीम नंबर 104 थर्ड। सेकंड प्राइज दूसरा स्थान टीम नंबर 105 और फर्स्ट पोजीशन टीम कोड 103। थैंक यू।